ਪਤਾ ਨਹੀਂ ਕੀ ਲਿਖਿਆ ਹੋਊਗਾ। ਪਿਆਰ ਭਰੀ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਵੱਲੋਂ ਕਬੂਲ ਕਰਨਾ ਇਹ ਚਿੱਠੀ ਰਾਹੀਂ ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਅੱਜ ਸ਼ਾਮੀ 9 ਵਜੇ ਤੁਸੀਂ ਆਪਣੇ ਘਰ ਜ਼ਰੂਰ ਆਇਓ ਅਤੇ ਕਿਉਂਕਿ ਕੋਈ ਰੋਟੀਆਂ ਪਕਾਉਣ ਵਾਲਾ ਹੈ ਨਹੀਂ ਅਤੇ ਤੁਸੀਂ ਸਾਡੀਆਂ ਰੋਟੀਆਂ ਜ਼ਰੂਰ ਪਕਾ ਕੇ ਜਾਇਓ ਜੀ ਆਇਆਂ ਨੂੰ ਸਰਪੰਚ ਸਾਹਿਬ ਜਾਗੀ ਵੱਲੋਂ ਸੁੱਤਾ ਰਹਿਣਾ ਸਤਿ ਸ਼੍ਰੀ ਅਕਾਲ ਦਾ ਕਹਿ ਜੀ ਪੂੜੇ ਖਵਾਉਣੀ ਆ ਤੈਨੂੰ ਮੈਂ ਮਾਲ ਪੂੜੇ ਮਚਾਣਾ ਅੱਗੇ ਮਾੜੀ ਮੋਟੀ ਹੋਏ ਦੇਖ ਲੈ ਕਿਵੇਂ ਲਾਟਾਂ ਕੱਢੀਆਂ ਦੇਖ ਖੁਸ਼ ਹੋ ਜਾਏਗੀ ਕਿੰਨੀ ਖੁਸ਼ ਹੋ ਜਾਏਗੀ ਚੱਲ ਲੱਗ ਗਈ ਪੈਣ ਲੱਗ ਗਈ ਓ ਚੀਚਾ ਜੀ ਓ ਭੈਣ ਜਿਆ ਖਾਸਮਾ ਤੂੰ ਕਿਧਰੋਂ ਆ ਗਿਆ ਹਜੀਜਾ ਜੀ ਮੈਂ ਇਧਰੋਂ ਆਇਆ ਓ ਗੇਟ ਤਾਂ ਬੰਦ ਸੀ ਓਏ ਜੀਜਾ ਜੀ ਮਕਾਨ ਟੱਪ ਕੇ ਆਏਗਾ ਓ ਕੁਲਵੰਤ ਹਾਂ ਕੌਣ ਹੈ ਓਏ ਮੇਰਾ ਸਾਲ ਆਇਆ ਕੰਜਰ ਓ ਸ਼ਾਬਾਸ਼ ਮੈਂ ਇਹਨੂੰ ਕਿਤੇ ਦੇਖਿਆ ਮੈਨੂੰ ਲੱਗਦਾ ਮੈਨੂੰ ਮਿਲਿਆ ਯਾਰ ਓ ਜੀਜਾ ਜੀ ਮੈਂ ਵੀ ਇਹਨਾਂ ਨੂੰ ਦੇਖਿਆਗਾ ਇਹ ਮੈਨੂੰ ਗਾਹ ਕੱਢਦਾ ਪਿਆ ਸੀ ਅੱਛਾ ਅੱਛਾ ਕਦੋਂ ਓਏ ਤੇਰੀ ਭੈਣ ਦਾ ਮਕਲਾਵਾ ਕਰਦੇ ਆ ਜੀਜਾ ਤੁਸੀਂ ਮੈਨੂੰ ਗਾਲ ਨਾ ਕੱਢੋ ਉਹ ਸਾਲਾ ਨੰਬਰ ਦਾ ਚੱਲ ਅੰਦਰ ਵਗ ਜਾ ਯਾਰ ਉਹ ਜੀਜਾ ਜੀ ਪਹਿਲਾਂ ਮੈਨੂੰ ਇਹ ਦੱਸੋ ਤੁਸੀਂ ਕੀ ਕਰਦੇ ਹੋ ਉਹ ਕੰਮ ਕਰਦੇ ਆ ਕੋਈ ਤੂੰ ਅੰਦਰ ਵਗ ਜਾ ਦਵਾਈ ਬਣਾਉਣੀ ਉਹ ਜੀਜਾ ਜੀ ਦਵਾਈ ਮੈਨੂੰ ਵੀ ਚਾਹੀਦੀ ਥੋੜੀ ਜੀ ਦਵਾਈ ਦੇ ਰਹੇ ਕੋਈ ਨਾ ਜਾ ਅੰਦਰ ਬੈਠ ਬਹਿਣਾ ਕਿੱਥੇ ਆ ਓਏ ਇੱਥੇ ਹੋ ਤੇਰੀ ਭੈਣ ਹੋਰ ਹੇ ਬਹਿਣਾ ਓਏ ਇਹ ਕੰਮ ਨਹੀਂ ਆ ਜੱਫੀਆਂ ਜੁੱਫੀਆਂ ਵਾਲਾ ਕੰਮ ਛੱਡ ਦੇ ਓ ਜੀਜਾ ਜੀ ਬੰਦਾ ਬਣ ਜਾ ਸੁਣ ਮੈਂ ਪਹਿਲਾਂ ਵੀ ਦੱਸਿਆ ਸੀ ਤੁਸੀਂ ਭੈਣ ਭਰਾ ਦੇ ਪਿਆਰ ਨੂੰ ਨਹੀਂ ਰੋਕ ਸਕਦੇ ਨਹੀਂ ਰੋਕ ਸਕਦੇ ਆ ਜਾ ਬਹਿਣਾ ਆ ਜਾ ਆ ਜਾ ਮੇਰਾ ਸਾਲਾ ਯਾਰ ਹੀ ਨਹੀਂ ਲੋਟਣਾ ਬੱਚਾ ਟੂਟਣਾ ਜਾ ਪਿੰਡ ਚ ਜਾਣ ਦਾ ਰਹੇ ਨਹੀਂ ਕਿਸੇ ਨੂੰ ਦੱਸੂਗਾ ਕਿਹਨੂੰ ਓਏ ਮੈਂ ਇਹਨੂੰ ਉੱਤੇ ਪਿੰਡ ਚ ਦੇਖਿਆ ਯਾਰ ਤੂੰ ਸਮਝਦਾ ਹੀ ਨਹੀਂ ਗਾ ਯਾਰ ਕੀ ਦੇ ਗਿਆ ਹੋਇਆ ਫਿਰ ਇਹ ਮੈਨੂੰ ਹੁਣ ਕੀ ਪਤਾ ਤਾਂ ਹੀ ਤੋਂ ਤੇ ਮੇਰਾ ਇਹਨਾਂ ਪੰਗਾ ਪਈ ਗਾ ਪੈਂਦਾ ਹੀ ਮੇਰੇ ਉਹ ਸਾਡੇ ਨਾਲ ਦੂਜਿਆਂ ਦੇ ਨਾਲ ਵਾਗਿਆ ਹੋਵੇ ਕਿਤੇ ਉਹ ਕਾਲੇ ਕੇ ਉਹ ਭਰਾਵਾ ਮੇਰੀ ਗੱਲ ਸੁਣ ਹਾਂ ਇੱਕ ਤਾਂ ਸਰਪੰਚ ਵਾਲਾ ਚੱਲੀ ਜਾਂਦਾ ਆਪਾਂ ਇੱਕ ਇਹਦੇ ਚ ਨਾ ਫਸਵਾਰੀ ਤੂੰ ਉਹ ਕੁਛ ਨਹੀਂ ਹੁੰਦਾ ਆਪਾਂ ਕੱਢ ਕੇ ਖੇਤ ਦਾ ਬਿਆਮ ਗਏ ਮੈਨੂੰ ਜੀ ਗੱਲ ਸੁਣ ਤੂੰ ਫਿਰ ਭੇਸ ਜਾ ਬਦਲ ਕੇ ਆ ਗਿਆ ਫਿਰ ਕੀ ਹੋ ਗਿਆ ਫਿਰ ਕੀ ਹੋ ਗਿਆ ਤੈਨੂੰ ਐਂ ਨਹੀਂ ਪਤਾ ਮਗਰ ਪੈ ਗਿਆ ਫਿਰ ਇੱਥੇ ਤੈਨੂੰ ਮਾਰ ਕੇ ਨਾ ਇੱਥੇ ਦਫਨਾ ਦੂੰਗਾ ਜਦ ਪਿਆਰ ਕੀਆ ਤਾਂ ਡਰਨਾ ਕਿਆ ਓਏ ਉਹ ਤਾਂ ਪਤਾ ਕੀ ਗੱਲ ਹੈ ਤਾਂ ਤੁਹਾਡੇ ਲਈ ਗਿਫਟ ਲੈ ਕੇ ਆਇਆ ਸੀਗਾ ਚੱਲ ਫਿਰ ਤਾਂ ਵਧੀਆ ਜਦੋਂ ਗਿਫਟ ਗੁਫਟ ਦੇਣੇ ਹੁੰਦੇ ਆ ਨਾ ਇਹ ਸਰਦੀਆਂ ਜਲਦੀ ਹੋਈ ਹੈ ਨਾ ਇਹ ਫਿਰ ਸੋਹਣਾ ਸਟਾਲ ਹੈ ਹਾਈ ਸਟਾਲ ਦਾ ਰੰਗ ਕਿੰਨਾ ਸੋਹਣਾ ਵੇ ਜਦੋਂ ਮੈਨੂੰ ਗਿਫਟ ਦੇਣੇ ਹੁੰਦੇ ਫਿਰ ਤਾਂ ਭਾਵੇਂ ਜਿਹੜਾ ਮਰਜ਼ੀ ਭੇਸ ਬਦਲ ਕੇ ਆ ਜਾਏਗਾ ਚੰਗਾ ਅੱਛਾ ਜੀ ਤੁਹਾਨੂੰ ਮੇਰੀ ਫਿਕਰ ਕੋਈ ਨਹੀਂ ਮੈਨੂੰ ਤੇਰੀ ਬਾਲੀ ਫਿਕਰ ਆ ਤਾਂ ਹੀ ਤਾਂ ਮੈਂ ਤੈਨੂੰ ਕਹੀ ਤੁਹਾਨੂੰ ਚੀਜ਼ਾਂ ਤੱਕ ਮਤਲਬ ਹੈ ਮੇਰੀ ਕੋਈ ਫਿਕਰ ਨਹੀਂ ਆ ਕਿ ਕੋਈ ਮਰਜ਼ੀ ਫੇਸ ਬਦਲਾ ਗਿਆ ਜਗ੍ਹਾ ਹੈ ਤੇਰਾ ਦਿੱਤਾ ਸੂਟ ਪਾਇਆ ਹੋਇਆ ਅੱਜ ਮੈਂ ਇਹ ਤਾਂ ਗੱਲ ਠੀਕ ਹੈ ਲੈ ਇਹ ਜੀਜਾ ਜੀ ਕੀ ਕਰਦੇ ਹੋਏ ਇਹ ਦਾਰੂ ਜੀਜਾ ਕੇ ਬੋਲੀ ਜਾਣਾ ਅੱਛਾ ਉੱਥੇ ਜਾ ਕੇ ਕਹੀ ਇਹ ਕੀ ਕਰਦੇ ਹੋਏ ਉਹ ਦਾਰੂ ਕੱਢੀ ਜਾਂਦੇ ਨੇ ਤੈਨੂੰ ਵੀ ਦਿਖਦਾ ਦਾਰੂ ਕੱਢਦੇ ਪਏ ਦੋਨੋਂ ਹੋਰ ਦੋਨੋਂ ਹੀ ਲੱਗੇ ਹੋਏ ਨੇ ਮੈਨੂੰ ਕਹਿੰਦਾ ਸੀ ਵੀ ਗੇਟ ਲਾ ਦੀ ਬਾਹਰ ਨਾ ਜਾਈ ਮੈਂ ਮੇਰਾ ਤਾਂ ਕਰਦਾ ਜੀ ਕਰੀ ਜਾਂਦਾ ਸੀ ਅੱਜ ਤੇਰੇ ਮਨ ਪਸੰਦ ਦਾ ਸੂਟ ਪਾਇਆ ਮੈਂ ਜਾਵਾਂ ਗਲੀ 'ਚ ਤੂੰ ਕਿਤੇ ਮੈਨੂੰ ਟੱਕਰੇ ਤੂੰ ਮੇਰੀ ਗੱਲ ਸੁਣੋ ਹੁਣ ਤਾਂ ਸਿੱਧਾ ਕਰੀ ਆ ਗਿਆ ਫਿਰ ਸਰਪੰਚ ਨਹੀਂ ਕਿੱਥੇ ਵੇ ਲੈ ਉਹ ਤਾਂ ਉਦਾਂ ਦੀ ਰੁੱਸ ਕੇ ਗਈ ਹੋਈ ਆ ਵੇ ਅੱਜ ਤੱਕ ਨਹੀਂ ਮੁੜੀ ਉਹ ਨਹੀਂ ਮੁੜੀ ਪਰ ਤੂੰ ਘਰ ਆ ਜਾ ਕਦੋਂ ਮਰਜ਼ੀ ਚੱਲ ਮੈਂ ਰੋਟੀਆਂ ਬਣਾ ਜੀ
ਰੋਟੀ ਅੱਜ ਆਈ ਚੰਗਾ ਸ਼ਾਮ ਚੰਗਾ ਚੰਗਾ ਵੀ ਤੈਨੂੰ ਪਤਾ ਸੀਗਾ ਮੈਂ ਆਹ ਸੂਟ ਪਾਉਂਗੀ ਇਹ ਤਾਂ ਕੁਦਰਤੀ ਮੈਚਿੰਗ ਹੁੰਦੀ ਪਈ ਆ ਕੁਦਰਤੀ ਇਹ ਤਾਂ ਕੁਦਰਤੀ ਮੈਚਿੰਗ ਹੁੰਦੀ ਪਈ ਹਾਂ ਭਈਆ ਸਹੀ ਬਾਤ ਹੈ ਤੇ ਇਹ ਚੱਲ ਚੰਗਾ ਫਿਰ ਮੈਂ ਮਿਲਦਾ ਚੰਗਾ ਬਾਅਦ 'ਚ ਆਥਣੇ ਸ਼ਾਮੀ ਠੀਕ ਹੈ ਬੈਠੇਂਗੇ ਦੋ ਯਾਰ ਜਾਂ ਮਿਲ ਬੈਠੇਂਗੇ ਹੈ ਆਧੀ ਰਾਤ ਚੱਲ ਚੰਗਾ ਮੈਂ ਚੱਲਦਾ ਓਕੇ ਚੰਗਾ ਜੀਜਾ ਜੀ ਮੈਂ ਚੱਲਦਾ ਪਿਆ ਫਿਰ ਜਾਣਾ ਹੋਏ ਲੈ ਚੱਲਦੇ ਆ ਹੋਰ ਕੀ ਕਰਨਾ ਰਹਿ ਕੇ ਉਹ ਚਾਹ ਚੂਨੀ ਪੀਣੀ ਨਹੀਂ ਜੀਜਾ ਜੀ ਜੇ ਕੋਈ ਇੱਕ ਅੱਧਾ ਪੈਗ ਹੈਗਾ ਤਾਂ ਲਵਾ ਦੇ ਉਹ ਪੈਗ ਪੁੱਗ ਨਹੀਂ ਹੈਗਾ ਸਾਡੇ ਕੋਲੇ ਜਾ ਵਗ ਜਾ ਜੀਜਾ ਜੀ ਇਹਨੂੰ ਮੜਾ ਸਮਝਾ ਦਿਓ ਚੰਗਾ ਉਹ ਚੰਗਾ ਚੁੱਪ ਕਰ ਜਾ ਉਹ ਗੱਲ ਸੁਣੋ ਓਏ ਹਾਂ ਹਾਂ ਦਸੀ ਉਸੀ ਨੇ ਕਿਸੇ ਕੋਈ ਗੱਲ ਨਾ ਕਰੀ ਜੀਜਾ ਜੀ ਮੈਂ ਆਪਣਾ ਪ੍ਰਾਹਣਾ ਕਿੱਦਾਂ ਫਸਾਉਂਗਾ ਪਤਾ ਕੋਈ ਨਹੀਂ ਤੇਰਾ ਮੈਨੂੰ ਨਹੀਂ ਜੀਜਾ ਜੀ ਤੁਸੀਂ ਚੰਗਾ ਜਾ ਗੇਟ ਲਾਇਆ ਮੈਂ ਫਿਰ ਹੋਰ ਕੀ ਕਰਦੇ ਪੈਗੇ ਉਹ ਕੋਈ ਨਾ ਗੇਟ ਲਾਇਆ ਮੈਂ ਹਾਂ ਕੋਈ ਨਾ ਭੇੜਿਆਉਂਗਾ ਕਿਵੇਂ ਫੜਾਵਾਂ ਕਰੀ ਜਾਵਾਂ ਕਿ ਕਿਵੇਂ ਹਾਂ ਤਾਂ ਚੌਲ ਕਿਧਰੇ ਨਾ ਚੀਜ਼ ਤਾਂ ਠੀਕ ਹੈ ਫੇਰ ਲੈਣ ਜਾਈ ਨਾਲੇ ਚੀਜ਼ ਵਾਸਤੇ ਪੈਸੇ ਵੀ ਦਊ ਮੈਂ ਪਰ ਇੱਕ ਕੰਮ ਕਰ ਅੱਜ ਆ ਪਰਚੀ ਫੜਾ ਕੇ ਆਉਣੀ ਆ ਕਿਹਨੂੰ ਭਲਾਂ ਦੀ ਸਰਪੰਚਨੀ ਉਹ ਸਰਪੰਚਨੀ ਨੂੰ ਨਹੀਂ ਫੜਾਉਣੀ ਸਰਪੰਚ ਨੂੰ ਤਾਂ ਮੈਂ ਘਰੇ ਜਾਂਦਾ ਨਾ ਮੈਂ ਕਹਿ ਦੂੰਗਾ ਕੀ ਕਹਿਣਾ ਇਹ ਫੜਾਉਣੀ ਆ ਉਹਨੂੰ ਠੀਕ ਆ ਪਹਿਲਾਂ ਵੀ ਤੂੰ ਗਲਤ ਫੜਾਤੀ ਸੀ ਤੂੰ ਤਾਂ ਕਿਹਾ ਸੀ ਵੀ ਸਰਪੰਚਨੀ ਨੂੰ ਫੜਾ ਦੀ ਓਏ ਉਦੋਂ ਤੈਨੂੰ ਮੈਂ ਚੁੱਪ ਲੇਖੇ ਨਾਲ ਕਿਹਾ ਗਿਆ ਪਰ ਹੁਣ ਨਾ ਠੀਕ ਆ ਜਿੱਥੇ ਤੈਨੂੰ ਕਿਹਾ ਉੱਥੇ ਹੀ ਫੜਾਈ ਲੈ ਫੜ ਠੀਕ ਹੈ 10 ਰੁਪਏ ਤੇਰੇ ਪੱਕੇ ਫੜਾ ਕੇ ਆਈ ਪਰ ਉਸ ਦਿਨ ਜੇ ਗਲਤ ਫੜਾਉਣਾ ਤਾਂ ਚਿੱਤੜੀ ਚਿੱਤਰ ਕੁੱਟੂ ਠੀਕ ਆ ਜਾ ਭਾ ਜਾ ਮੇਰਾ ਸਾਲਾ ਊਣਾ ਕਿਤੇ ਗਲਤ ਫੜਾ ਦੇ ਬਾਈ ਬਾਈ ਕੌਣ ਹੈ ਕਿਹੜਾ ਕਿਹੜਾ ਖੜਕਾਈ ਜਾਂਦਾ ਗੇਟ ਲੈ ਤੂੰ ਥੱਲੇ ਕਾ ਤਾਂ ਬੈਠਾ ਪੁੱਤ ਆਂਟੀ ਮੈਂ ਸਵੈਟਰ ਨੂੰ ਪਰਚੀ ਪਾਈ ਆ ਤੂੰ ਮੈਂ ਮਰ ਜਾ ਅੱਛਾ ਅੱਗੇ ਤੋਂ ਹੌਲੀ ਬੋਲਿਆ ਕਰ ਚੰਗਾ ਨਾਲੇ ਕਈ ਵਾਰ ਕੋਈ ਬੰਦਾ ਫੜੇ ਨਾ ਪਰਚੀ ਉਹਨੂੰ ਨਾ ਫੜਾਈ ਚੰਗਾ ਜਾ ਮੇਰੇ ਪੁੱਤ ਧਿਆਨ ਨਾਲ ਜਾਈ ਚੰਗਾ ਕਿਸੇ ਨੂੰ ਦੱਸੀ ਨਾ ਮੈਂ ਪਰਚੀ ਫੜਾ ਕੇ ਆਇਆ ਜਾ ਭਾਜਾ ਮੈਂ ਕਹਾ 10 ਰੁਪਏ ਫੇਰ ਜਾਊਂਗਾ ਨਾ ਦੇ ਮੈਂ ਤੈਨੂੰ 10 ਰੁਪਏ ਮੇਰੀ ਗੱਲ ਸੁਣ ਸਰਪੰਚ ਤੋਂ ਲੈ ਲਈ ਜਿਹਨੂੰ ਪਰਚੀ ਫੜਾ ਕੇ ਆਇਆ ਚੰਗਾ ਤੇ 20 ਰੁਪਏ ਦੇ ਦੇ 10 ਮੇਰੇ ਵੱਲੋਂ ਭਾਜਾ ਤੂੰ ਬਹੁਤ ਤੇਜ਼ ਹਾਲ ਦੇ 10 ਇਹਨੂੰ ਪਤਾ ਨੀ ਕੀ ਲਿਖਿਆ ਹੋਊਗਾ ਪਿਆਰ ਭਰੀ ਸਤਿ ਸ੍ਰੀ ਅਕਾਲ ਸਰਪੰਚ ਸਾਹਿਬ ਵੱਲੋਂ ਕਬੂਲ ਕਰਨਾ ਇਹ ਚਿੱਠੀ ਰਾਹੀਂ ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਅੱਜ ਸ਼ਾਮੀ 9 ਵਜੇ ਤੁਸੀਂ ਆਪਣੇ ਘਰ ਜ਼ਰੂਰ ਆਇਓ ਅਤੇ ਕਿਉਂਕਿ ਕੋਈ ਰੋਟੀਆਂ ਪਕਾਉਣ ਵਾਲਾ ਹੈ ਨਹੀਂ ਅਤੇ ਤੁਸੀਂ ਸਾਡੀਆਂ ਰੋਟੀਆਂ ਜ਼ਰੂਰ ਪਕਾ ਕੇ ਜਾਇਓ ਜੀ ਆਇਆਂ ਨੂੰ ਸਰਪੰਚ ਸਾਹਿਬ ਜੱਗੀ ਵੱਲੋਂ ਸੁੱਤਾ ਰਹਿਣਾ ਤੁਹਾਡਾ ਸਤਿ ਸ਼੍ਰੀ ਅਕਾਲ ਦਾ ਮੈਂ ਕਿਹਾ ਜੀ ਪੂੜੇ ਖਵਾਉਣੀ ਆ ਤੈਨੂੰ ਮੈਂ ਮਾਲ ਪੂੜੇ ਸੀਰੀਅਸ ਹੀ ਲੈ ਗਿਆ ਸੌਲ ਕਾਹਦਾ ਦਵਾਤਾ ਖਵਾਉਣੀ ਆ ਮੱਚ ਜਾ ਤੇਰੇ ਹਣੇ ਦੀ ਪਰਚੀ ਵੀ ਨਹੀਂ ਮੱਚਦੀ ਜਾ ਕੇ ਆਵਾਂ ਮੈਂ ਤਾਂ ਲੈ ਸਿੰਦਰ ਕੇ ਪਣਾ ਅੱਜ 2 ਮੋਟਰਸਾਈਕਲ ਕਾਤੋਂ ਖੜੇ ਨੇ ਇਹਨਾਂ ਦੇ ਤਾਂ ਉਹੀ ਨਹੀਂ ਹੁੰਦੇ ਇਹਦਾ ਬਿਨਾਂ ਪੈਰ ਟਿਕਦਾ ਨਹੀਂ ਹੈ ਨਹੀਂ ਇਹ ਕਿਸੇ ਕਰਤੂਤ ਵਾਲੀ ਆਪਦੇ ਆਪ ਨੂੰ ਬਾਲੀ ਸੋਹਣੀ ਬਣੀ ਫਿਰਦੇ ਇਹਦੇ ਨਾਲ ਸੋਹਣੀ ਤਾਂ ਮੈਂ ਬਥੇਰੀ ਹਾਂ ਸਿੰਦਰੇ ਸਿੰਦਰੇ ਆ ਕੌਣ ਆ ਗਿਆ ਓਏ ਸਿੰਦਰ ਜੀ ਤੇ ਕੌਣ ਆ ਗਿਆ ਵੀ ਉਹ ਤਾਂ ਸਾਰੇ ਪਿੰਡ ਦੀ ਲੁੱਤਰੋ ਆ ਗਈ ਹੁਣ ਓਏ ਸਿਆਪਾ ਹੀ ਛੇੜ ਲਿਆ ਆਪਾਂ ਨੇ ਤਾਂ ਬਾਤ ਆ ਨਾ ਤੈਨੂੰ ਕਿਹਾ ਸੀ ਐਂ ਕਰ ਗੇਟ ਨਾ ਖੋਲੀ ਲੈ ਗੇਟ ਨਾ ਖੋਲੀ ਉਹ ਤਾਂ ਇਹੀ ਜਿਹੇ ਗੇਟ ਟੱਪ ਕੇ ਆ ਜੂ
ਬਾਹਰ ਖੋਲਦਾ ਸਿੰਦਰਜੀਤ ਉਹ ਤਾਂ ਹੁਣ ਅੰਦਰ ਆਊਗੀ ਦੇਖ ਲਈ ਐਂ ਕਰ ਇਹਨੂੰ ਚੱਕ ਦੇ ਪਰੇ ਮੈਂ ਤੈਨੂੰ ਕਿਹਾ ਸੀ ਨਾ ਅਜੇ ਕੰਮ ਕਰੇ ਨਾ ਕਰੇ ਚੁੱਪ ਕਰ ਜਾ ਕਾਲੀ ਜੀ ਬਣ ਗਏ ਕਾਲੀ ਜੀ ਸਾਰੇ ਪਿੰਡ ਚ ਬੈਰਲ ਕਰਕੇ ਛੱਡੂ ਉਹ ਥਾਪੜੇ ਨਾ ਖਾਲੀ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਆਪਾਂ ਹੁਣ ਇਹਨੂੰ ਸਾਰੀ ਨੂੰ ਡੋਲ ਦਿੰਨੇ ਆ ਡੋਲ ਦੇ ਪਰੇ ਐ ਨਹੀਂ ਪਤਾ ਕੀ ਕੁਛ ਕਰਦੇ ਚੱਕਰ ਚੱਕ ਚੱਕ ਸਾਰਾ ਕੰਮ ਨਿਕਲੇਗਾ ਕਿੱਥੋਂ ਦੀ ਓਏ ਨਿਕਲ ਜਾ ਕੇ ਤੂੰ ਚੱਕ 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 ਉਹ ਚੁਗਾ ਲੱਤ ਬੋਲ ਤੇ ਹੱਥ ਹੱਥ ਪਾ ਨਾ ਡੋਲ 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 ਬੜੀਆ ਬਾਹਰ ਆ ਆਉਣੀਆਂ ਠੀਕ ਆ ਸੋ ਲੈ ਲਿਆ ਹੈ ਫਿਰ ਹਾਂ ਲੈ ਲਿਆ ਅੱਛਾ ਕਿੰਨੇ ਵੇ ਲੈ ਲਿਆ ਨੀ ਮੈਂ ਤਾਂ ਆਪ ਦੇਖ ਕੇ ਛੱਡਤਾ ਮਖਾ ਹਨਾ ਕੀ ਹੋ ਗਿਆ ਬਾਹਾਂਆਂ ਫੜੀਆਂ ਨੇ ਮੈਂ ਲੈਂਦੀ ਸੀ ਪਤਰਾ ਇੱਕਾ ਨਹੀਂ ਹੈਗਾ ਅੱਛਾ ਮੈਂ ਕਹਿੰਦੀ ਸੀ ਕੀ ਗੱਲ ਹੋ ਗਈ ਕਿਹੜੇ ਕੰਮ ਨੂੰ ਆਈ ਸੀ ਨਹੀਂ ਆਇਆ ਗੱਲਾਂ ਮਾਰਦੀਆਂ ਪਰ ਨਹੀਂ ਅੱਜ ਮੇਰੇ ਕੋਲ ਟਾਈਮ ਹੀ ਨਹੀਂ ਗੱਲਾਂ ਮਾਰਨ ਨੂੰ ਮੈਂ ਤੇਰੇ ਕੰਨੀ ਆ ਜਾਊਂਗੀ ਫਿਰ ਦੇਖ ਲੈ ਮੈਂ ਕਿਹੜਾ ਕੁਛ ਜਾਨੀਆਂ ਚੱਕ ਕੇ ਆ ਜਾ ਤੇ ਲੈ ਨਹੀਂ ਕਰਦੇ ਹੋਰ ਦੱਸ ਕਿ ਮੈਂ ਠੀਕ ਰਹਿਣੀ ਆ ਹਾਂ ਠੀਕ ਰਹਿਣੀ ਆ ਲੜ ਚੁਰ ਕੇ ਕਿੱਥੋਂ ਲਿਆ ਸੀ ਮੈਂ ਤਾਂ ਆਪ ਉਹਦੇ ਲੈ ਕੇ ਆਈਆਂ ਨਹੀਂ ਬਾਜ਼ਾਰ ਗਈ ਸੀ ਹੋਰ ਬਾਈ ਕਿਵੇਂ ਆ ਠੀਕ ਆ ਠੀਕ ਆ ਠੀਕ ਆ ਬਾਈ ਠੀਕ ਆ ਕੁਛ ਜਗ੍ਹਾ ਟੁੱਟਿਆ ਪਿਆ ਕਿੱਥੇ ਕੋਈ ਖੂਸ ਨਹੀਂ ਉੱਡਿਆ ਨਾ ਨਾ ਕੁਛ ਨਹੀਂ ਉਹੀ ਲੱਗਦਾ ਤੈਨੂੰ ਹੋਰ ਚਾਹ ਬਣਾ ਮਾਰੀ ਜਾਂਦੀ ਆ ਹੁਣ ਜਿਵੇਂ ਕਿਸੇ ਨੇ ਲਾਹਣ ਡੋਲਿਆ ਹੋਵੇ ਮੁਸਕ ਜੀ ਆਈ ਆ ਕਾਹਨੂੰ ਡੋਲਿਆ ਲਾਹਣਾ ਹੋਰ ਪਤਾ ਨਹੀਂ ਕਿਉਂ ਘਰਾਂ ਮਿੱਟ ਲੱਗਦਾ ਨਹੀਂ ਕਾਹਨੂੰ ਮੈਂ ਕਿਹੜਾ ਤੁਹਾਡਾ ਨਾਲ ਇੰਨੀ ਕੀ ਪਤਾ ਡੋਲਤਾ ਹੋਵੇ ਹੁਣ ਗੱਲ ਕਰਦੇ ਆਪਾਂ ਤੇ ਸੋਭਤੀ ਅਸੀਂ ਆਪਦੀ ਗੱਲ ਕਰ ਰਹੇ ਤੈਨੂੰ ਕੀ ਹਾਲੀ ਕੀ ਪਤਾ ਕਿਹੜਾ ਕੰਜਰ ਨੇ ਨਾਲੇ ਚ ਡੋਲਿਆ ਉਹ ਨਹੀਂ ਨਹੀਂ ਭਾਈ ਤੈਨੂੰ ਵਹਿਮ ਪੈ ਗਿਆ ਉਹ ਤਾਂ ਦੂਜਾ ਵਾਲੇ ਨਹੀਂ ਆਪਣਾ ਸੋਚਦਾ ਹੈ ਮੂਤ ਪੀਣ ਵੇਰੇ ਕੁਛ ਹੋਰ ਹੋ ਜਾਂਦੇ ਨੇ ਹੈ ਦਹਨ ਡੋਲ ਕੇ ਗਲੀਆਂ ਚ ਦੂਜਿਆਂ ਨੂੰ ਰੋਟੀ ਖਾਣੀ ਜਾਓ ਤੁਸੀਂ ਅੰਦਰ ਚਲੇ ਜਾਓ ਤੈਨੂੰ ਵਹਿਮ ਪੈ ਗਿਆ ਉਹ ਤਾਂ ਇਹਨੇ ਰਾਤ ਜ਼ਿਆਦਾ ਪੀ ਲਈ ਸੀ ਵਿੱਚ ਮੂਤ ਲਿਆ ਉਹ ਤਾਂ ਸਮੈਲ ਜੀ ਆਈ ਹੁੰਦੀ ਆ ਅੰਦਰ ਭਾਗ ਜਾਓ ਉਹੀ ਪਕਾਈ ਕਰੀ ਜਾਂਦੇ ਨੇ ਮੈਂ ਬਈ ਗੱਲਾਂ ਕਰ ਲਓ ਕੁਛ ਨਹੀਂ ਹੋਇਆ ਨਹੀਂ ਤੈਨੂੰ ਪਤਾ ਇਹਦਾ ਸੁਭਾਅ ਹੀ ਇਦਾਂ ਦਾ ਆਉਣ ਲੱਗਾ ਸਰਪੰਚ ਹਟ ਗਿਆ ਫਿਰ ਹੈ ਨਹੀਂ ਬਾਲੀ ਬਕਵਾਸ ਨਾ ਕਰਿਆ ਕਰ ਤੈਨੂੰ ਪਤਾ ਨਹੀਂ ਇਹਦਾ ਦੋਸਤ ਆ ਘਰੇ ਆ ਸਕਦਾ ਉਹ ਦੋਸਤੀ ਪਰ ਕੁਛ ਨਹੀਂ ਸਰਪੰਚ ਆਪਣੀ ਥਾਂ ਦਾ ਵੀ ਦੋਸਤੀ ਹੋਊਗਾ ਫਿਰ ਇਹਦਾ ਬੜਾ ਸਿਆਪਾ ਜਿਹੜਾ ਕਿੱਥੋਂ ਆ ਗਈ ਯਾਰ ਮਤਰੋ ਹੋਰ ਯਾਰ ਨਾ ਸੁੱਤੀ ਨਾ ਕੱਤਿਆ ਤੂੰ ਤਾਂ ਸਾਰਾ ਕੰਮ ਬਣਾਇਆ ਬਣਾਇਆ ਹੁਣ ਮੈਨੂੰ ਕੀ ਪਤਾ ਸੀ ਮੇਰੇ ਸਾਲੇ ਦੀ ਆ ਜੂਗੀ ਇਹ ਉਹ ਭਰਾਵਾ ਤੇਰੇ ਘਰੇ ਕੋਈ ਨਹੀਂ ਪਤਾ ਲੱਗਦਾ ਕਦੋਂ ਕੌਣ ਆ ਜੇ ਤਾਂ ਮੇਰੇ ਸਾਲੇ ਦੀ ਛਿੰਦਰ ਮਾਰਨੀ ਪਊ ਮੈਨੂੰ ਇਹਨੇ 20,000 ਰੱਖੀਆਂ ਉਹ ਹੋਰ ਯਾਰ ਦੁਖੀ ਕਰ ਮਾਰ ਹੁਣ ਭਲਾ ਇੰਨੀ ਮਿਹਨਤ ਕਰੀ ਹੋਈ ਸਾਰੀ ਆਈ ਗਈ ਚੱਲ ਜਿਹੜੀ ਹੈਗੀ ਬਹੁਤ ਲੂੜੂ ਬੋਤਲ ਲੈ ਕੇ ਨਾ ਐਂ ਕਰ ਮੋਟਰ ਤੇ ਚੱਲਦੇ ਆ ਓਏ ਆ ਬਾਜੇ ਨੂੰ ਤਾਂ ਘਰੋਂ ਕੱਢ ਦੇ ਉਹ ਕਰਦਾ ਦਫਾ ਜੇ ਹੋਊਗੀ ਦੇਖਦਾ ਚੱਲ ਚੰਗਾ ਸਿੰਦਰ ਫਿਰ ਮੈਂ ਤਾਂ ਜਾਣੀ ਆ ਨੀ ਉਹ ਬਹਿ ਜਾ ਹੁਣ ਚਾਹ ਪੀ ਜੀ ਘੁੱਟ ਜਿਹੜਾ ਕੰਮ ਹੋਣਾ ਸੀ ਹੋ ਗਿਆ ਉਹੀ ਆਈ ਸੀ ਮੈਂ ਤਾਂ ਕਹਿੰਦੀ ਸੀ ਤੈਨੂੰ ਹਾਂ ਮੈਂ ਕਿਹਾ ਕਣਕ ਜੀ ਚੱਕ ਲਿਆਉਂਗੀ ਅੱਜ ਤੇਰਾ ਬਾਈ ਕਰੇ ਨੀ ਚੋਕੰਦਾ ਸੀ ਕਹਿੰਦਾ ਉਹਦੇ ਕੋਲੇ ਵਗ ਜਿਓ ਚੱਕ ਲਿਆਉਗਾ ਕਣਕ ਦਾ ਚੱਕ ਲਿਆ ਮੈਂ ਬਹਿ ਜਾ ਚਾਹ ਦੀ ਘੁੱਟ ਪੀ ਜੀ ਹੁਣ ਹਾਂ ਚਾਹ ਨਹੀਂ ਪੀਂਦੀ ਪੀ ਕੇ ਆਈ ਸੀ ਚੱਕਾ ਵਾ ਤੇ ਜਾਣੀ ਚੰਗਾ ਚੰਗਾ ਹਾਂ ਹਾਂ ਮੈਂ ਤੈਨੂੰ ਐ ਕਹਿੰਦੀ ਸੀ ਪਰ ਮੈਂ ਨਾਲੇ ਚ ਤੂੰ ਸਵੀ ਡੋਲਿਆ ਹੋਵੇ ਹਨਾ ਗੱਪ ਸੱਪ ਤੇ ਕਾਣੂ ਰਹਿੰਦੇ ਹੁੰਦੇ ਨੇ ਨਾਲੇ ਨਾਲੇ ਚ ਨਾ ਡੋਲਿਆ ਕਰ ਮਸਕਾਉਣ ਲੱਗ ਜਾਂਦੇ ਚੰਗਾ ਵਾ ਤੇ ਜਾਣੀ ਆ ਮੁਸਕ ਦਾ ਤਾਂ ਪਤਾ ਨਹੀਂ ਪਰ ਜਿਹੜਾ ਨੁਕਸਾਨ ਕਰਾਉਣਾ ਸੀ ਉਹ ਤਾਂ ਤੂੰ ਕਰਾ ਹੀ ਦਿੱਤਾ ਮੇਰੀ ਗੱਲ ਸੁਣ ਲੈ ਇੱਕ ਤੁਹਾਨੂੰ ਮੈਂ ਕਹਿੰਦੀ ਸੀ ਨਾ ਕਰੋ ਇਹੋ ਜਿਹਾ ਕੰਮ ਰਾਤ ਬਰਾਤੀ ਕੱਢ ਲੈਂਦੇ ਕਰਦਾ ਚੁੱਪ ਤੂੰ ਇਹੋ ਜਿਹਾ ਗਜਾ ਰੱਖੀਆਂ ਨੇ ਦਿਨੇ ਅੱਛਾ ਮੈਂ ਗਜਾਈਆਂ ਹੋਈਆਂ ਨੇ ਆਪਣੇ ਨਾ ਖਾਲੀ ਮੈਥੋਂ ਤੈਨੂੰ ਹੁਣ ਐ ਪਤਾ ਇਹ ਨਹੀਂ ਪਤਾ ਪਿੰਡ ਚ ਕਿਦੇ ਕਿਦੇ ਘਰ ਜਾ ਕੇ ਵਾਇਰਲ ਕਰੂਗੀ ਉਹ ਹੁਣ ਤਾਂ ਜਿਹੜਾ ਹੋਣਾ ਸੀ ਹੋ ਗਿਆ ਦੇਖੀ ਜਾਊ ਜਿਹੜਾ ਕੁਝ ਹੋਊਗਾ ਐ ਕਰ ਚੱਕ ਯਾਰ ਤੂੰ ਪੈਗ ਲਾ ਪਰ ਵੇ ਮੇਰੀ ਗੱਲ ਸੁਣ ਲੋ ਰੋੜ ਦੇ ਨਾ ਕਿਤੇ ਅੰਦਰ ਰੱਖ ਦਿੰਦੇ ਆ ਰੋੜੀ ਤਾਂ ਕਰਕੇ ਉਹਨੂੰ ਮੁਸਕਾ ਦੇ ਉਹ ਚੁੱਪ ਕਰ ਜਾ ਯਾਰ ਬੋਲ
ਥਾਪੜੇ ਨਾ ਖਾ ਲਈ ਮੈਥੋਂ, ਚੱਕ ਯਾਰ ਬੋਤਲ ਚੱਕ ਯਾਰ ਤੂੰ ਬੋਤਲ ਚੱਕ ਖੜੀ ਕੀ ਕਰਦੀ ਆ ਪਾਣੀ ਦੀ ਘੁੱਟ ਲਿਆ ਦੇ ਮੈਂ ਤਾਂ ਮਹਿੰਦਰ ਕੋਲ ਜਾ ਕੇ ਗੱਲ ਕਰਕੇ ਆਉਣੀ ਆ, ਮੇਰੇ ਤਾਂ ਉਹਨਾਂ ਦੀ ਗੋਲਾ ਹੀ ਬਣ ਗਿਆ, ਪਤਾ ਨਹੀਂ ਘਰੇ ਹੋ ਪਤਾ ਮੈਂਬਰਾ ਮੈਂ ਮੈਂਬਰਾ ਕਿਹੜਾ ਵਰਗਾ ਕਿਹੜਾ ਬੋਲ ਬੈ ਮਾਇਆ ਬਾਰ ਖੋਲ ਹਾਂ ਕਿੱਧਰ ਫਿਰਦੀ ਹੈ ਵਧੀਆ ਕਿਵੇਂ ਕੋਟ ਜਾ ਵਾਲੀ ਸੋਹਣਾ ਲਿਆਦਾ ਨਮਾ ਸੰਤਰੀ ਘੜੀ ਵੀ ਹੋਰ ਰੰਗ ਕੇ ਨਹੀਂ ਮਿਲਿਆ ਤੈਨੂੰ ਐਪਲ ਦੀ ਲਿਆ ਹੈ ਐਪਲ ਦੀ ਲਿਆ ਹੋਰ ਕਿੱਧਰ ਫਿਰਦੀ ਤੂੰ ਮੈਂ ਕਿੱਥੇ ਜਾਣਾ ਸੀ ਮੇਰੇ ਤਾਂ ਨੇ ਹੁਣੇ ਗੋਲਾ ਜਾ ਬਣ ਗਿਆ ਗੱਲ ਦਾ ਦੱਸ ਦੱਸ ਆ ਜਾ ਅੰਦਰ ਬਹਿ ਜਾ ਤੁਹਾਡੀ ਮੈਂਬਰੀ ਸਰਪੰਚੀ ਕਾਦੀ ਐ ਵੇ ਪਿੰਡ ਚ ਤਾਂ ਨਸ਼ਾ ਗਲੀਆਂ ਚ ਰੁੜਦਾ ਫਿਰਦਾ ਮਤਲਬ ਨਾਲੀਆਂ ਚ ਫਿਰਦਾ ਤੁਰਿਆ ਲੈ ਤੈਂ ਕਿੱਥੇ ਦੇਖ ਲਿਆ ਬੇ ਦੇਖ ਲਿਆ ਨਹੀਂ ਆਏਗਾ ਮੈਂ ਤਾਂ ਸਿੰਦਰ ਕੇ ਘਰੇ ਗਈ ਸੀ ਨਾਲੇ ਕਹੋ ਸਿੰਦਰ ਦਾ ਹੱਸ ਫਰੈਂਡ ਉਹ ਘਰ ਵਾਲਾ ਹੈ ਤੇ ਨਾਲ ਉਹ ਤਿੱਤਲੂ ਜਾਨੀ ਪਤਾ ਲਾ ਜਾ ਲੰਬਾ ਪੱਕੜ ਜਾ ਉਹ ਉਹਨਾਂ ਦੇ ਘਰੇ ਰਹਿੰਦਾ ਹੁਣ ਤੇਰਾ ਕੰਧ ਵਾਲਾ ਕੈਮਰਾ ਲੱਗੀ ਹੀ ਰਹਿੰਦਾ ਹੈ ਨਾ ਮੇਰੀ ਗੱਲ ਸੁਣ ਫਿਰ ਕੈਮਰੇ ਤਾਂ ਦੇਖ ਰੱਖਣੇ ਪੈਂਦੇ ਨੇ ਜੇ ਪੰਚਾਇਤ ਨੀ ਮੈਂ ਆਪਦੀ ਜਿਹੜੀ ਨੌਜਵਾਨ ਪੀੜ੍ਹੀ ਆ ਮੈਂ ਬਚਾਉਂਗੀ ਭਾਈ ਆਪਦੇ ਪਿੰਡ ਦਿਆਂ ਨੂੰ ਹਾਂ ਗੱਲਾਂ ਕਰੀਆਂ ਕਰਦਾ ਤੂੰ ਉਹਨਾਂ ਨੇ ਮੇਰੇ ਗਈ ਤੋਂ ਲਾਹਣ ਡੋਲੇ ਲਾਹਣ ਲੋਕਾਂ ਦੇ ਘਰਾਂ ਚ ਝਾਕਦੇ ਨੀ ਹੁੰਦੇ ਤੈਂ ਕੀ ਲੈਣਾ ਗਾ ਕੁਛ ਮਰਜ਼ੀ ਕਰੇ ਆਪਦੇ ਘਰੇ ਖੂਹ ਪੱਟਿਆ ਨਾ ਮੇਰੀ ਗੱਲ ਸੁਣੀ ਵੇ ਆ ਤਾਂ ਬਾਲੀ ਚੰਗਾ ਹੋਇਆ ਕੀ ਹੋ ਗਿਆ ਹਿਟੂਆ ਕੁੱਟਾ ਸਰਪੰਚ ਦਾ ਨਜ਼ਾਰੀ ਆ ਗਿਆ ਅੱਛਾ ਅੱਛਾ ਨਜ਼ਾਰੀ ਆ ਗਿਆ ਜਦੋਂ ਤੂੰ ਹਿਟੂਆ ਕੁੱਟਿਆ ਕੁੱਟਿਆ ਨਹੀਂ ਇੱਕੀਆਂ ਨੂੰ ਕੱਤੀ ਪਾਈ ਐ ਇੱਕੀਆਂ ਨੂੰ ਕੱਤੀ ਤਾਂ ਇੱਥੋਂ ਨਹੀਂ ਕੁਛ ਹੁੰਦਾ ਹੋਏਗਾ ਗੱਡਾਂ ਦੇਖ ਲੈ ਕਰਦਾ ਆਪਾਂ ਹੀ ਕਰਵਾਇਆ ਉਹ ਤੈਂ ਕਰਵਾਇਆ ਸੀ ਵੇ ਆਪਾਂ ਹੀ ਕਰਵਾਇਆ ਪਰ ਟੂਕਣਾ ਸਮਾਰਕ ਪਰ ਮੋਰਚੇ ਚ ਕੋਈ ਦੰਦਾ ਪਰ ਉਹਨੂੰ ਬਚਾਉਣ ਚ ਕੀ ਸੀਗਾ ਉਹਦੇ ਮੇਰੇ ਤੇ ਗੇਮ ਜੀ ਪਵਾਈ ਸੀ ਨਾ ਆਪਾਂ ਕਰਾਤਾ ਕੰਮ ਅੱਛਾ ਚਲ ਕੁੰਡਾ ਦਾ ਕਰਾਤਾ ਮੈਂ ਤੈਨੂੰ ਐ ਕਹਿਨੀ ਆ ਆ ਨਸ਼ਾ ਕਰਾ ਦੇ ਬੰਦ ਨਹੀਂ ਫਿਰ ਤੈਨੂੰ ਪਤਾ ਮੈਂ ਇੱਥੋਂ ਗੱਲ ਬੈਰਲ ਹੁੰਦੀ ਹੁੰਦੀ ਹੋ ਜਾਂਦੀ ਮੇਰੀ ਗੱਲ ਸੁਣ ਮੈਂਬਰ ਛੋਟਾ ਹੁੰਦਾ ਕਿ ਸਰਪੰਚ ਦੇ ਮੇਰੀ ਗੱਲ ਸੁਣੋ ਹਾਂ ਕੋਈ ਮਰਜ਼ੀ ਹੋਵੇ ਸਾਡੇ ਭਾਦੀ ਤਾਂ ਮੈਂਬਰ ਵੱਡਾ ਵਿਆਹ ਸਰਪੰਚ ਤੋਂ ਤਾਂ ਤੀਵੀਆਂ ਨਹੀਂ ਸਮਝਦੀਆਂ ਹੈਗੀਆਂ ਇਹ ਗੱਲ ਤੇਰੀ ਇਹ ਤੇਰੀ ਗੱਲ ਪੱਕੀ ਹੈ ਹਨਾ ਕਿਸੇ ਕੰਮ ਦਾ ਬੇਕਰ ਤੁੱਤਾ ਹੋ ਰਿਹਾ ਦਮਾ ਵਿਗੜ ਗਿਆ ਚੰਗਾ ਫਿਰ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਨੌਜਵਾਨ ਪੀੜ੍ਹੀ ਤਾਂ ਆਪਣੀ ਨਾਲੀਆਂ ਚ ਰਲਦੀ ਫਿਰ ਹੁਣ ਆਪਾਂ ਨਿਗਾਹ ਮਾਰੋ ਕਿਵੇਂ ਕਰੀਏ ਹੁਣ ਫਿਰ ਆਪਾਂ ਕਰਨਾ ਕੀ ਆ ਹੈ ਸਿਤਾਰਾ ਕਰ ਉਹਦੇ ਘਰੇ ਜਾਓ ਤੂੰ ਵੀ ਨਾਲ ਚੱਲ ਫਿਰ ਹਾਂ ਤਲਾਕ ਕਰ ਦੇ ਵੇ ਤਲਾਕ ਕਰ ਤੂੰ ਵੀ ਘਰੇ ਪੁੱਛ ਤੇ ਇੱਕ ਵਾਰੀ ਦੱਸੀਏ ਸਰਪੰਚ ਮੈਂ ਕਹਿੰਦਾ ਸੀ ਚਾਹ ਪਾਣੀ ਲੈ ਲਾ ਆ ਜਾ ਨਾ ਨਾ ਕੁਛ ਨਹੀਂ ਖਾਣਾ ਪੀ ਲੈ ਘੁੱਟ ਨਾ ਬਸ ਬਸ ਚੱਲ ਠੀਕ ਆ ਫਿਰ ਹੋਰ ਸਰਪੰਚ ਸਾਹਿਬ ਕਿਵੇਂ ਬੁਲਾਇਆ ਬੁਲਾਇਆ ਤਾਂ ਤੁਹਾਨੂੰ ਪਤਾ ਹੀ ਆ ਹਣਾ ਜਨਾਬ ਮੇਰੇ ਨਾਲ ਕੀ ਹੋਇਆ ਤੁਹਾਨੂੰ ਪਤਾ ਹੀ ਆ ਉਹ ਤਾਂ ਮੈਨੂੰ ਪਤਾ ਹੈ ਹਾਂ ਤੇ ਫਿਰ ਪਤਾ ਫਿਰ ਤੁਸੀਂ ਬੈਠੇ ਚੁੱਪ ਕਰੇ ਕਿਉਂ ਬੈਠੇ ਹੋ ਉਹ ਚੁੱਪ ਕਰਕੇ ਨਹੀਂ ਬੈਠੇ ਅਸੀਂ ਕਾਰਵਾਈ ਕਰੀ ਜੰਨੇ ਆ ਸਮਝ ਗਏ ਨਾ ਤੁਸੀਂ ਸਾਨੂੰ ਪਤਾ ਹੈ ਜਦੋਂ ਨੂੰ ਤੁਹਾਡੀ ਕਾਰਵਾਈ ਹੋਊ ਉਦੋਂ ਨੂੰ ਪਤਾ ਨਹੀਂ ਕੀ ਹੋਊ ਪਤਾ ਕੀ ਹੈ ਸਰਪੰਚ ਸਾਹਿਬ ਇਹ ਤਾਂ ਤੁਸੀਂ ਹਰਕਤਾਂ ਹੀ ਇਹੋ ਜਿਹੀ ਕਰਦੇ ਹੋ ਨਾ ਹਰਕਤ ਨੂੰ ਮੈਂ ਕੀ ਕਰਤੀ ਹੋਰ ਹਰਕਤ ਕਰਕੇ ਤੁਸੀਂ ਆਪਣਾ ਆਣੀ ਜਿਹੜੀ ਸਰਵਿਸ ਹੋਈ ਹੈ ਤੁਹਾਡੀ ਤਾਂ ਹੀ ਹੋਈ ਹੈ ਜਨਾਬ ਮੇਰੀ ਗੱਲ ਸੁਣੋ ਸਰਵਿਸ ਤਾਂ ਜਿਹੜੀ ਹੋਊਗੀ ਹੋਊਗੀ ਪਰ ਹੁਣ ਮੈਂ ਕਰੂੰ ਕੀ ਕਰੂੰ ਤੁਸੀਂ ਨਹੀਂ ਕਰਦੇ ਕੀ ਕਰੋਗੇ ਦੱਸੋ ਤੁਸੀਂ ਜਨਾਬ ਬਸ ਇੱਕ ਕੰਮ ਕਰ ਦਿਓ ਮੇਰਾ ਛੋਟਾ ਹੈ ਹਾਂ ਦੱਸੋ ਕੰਨ ਕਰੋ ਮੈਂ ਉਹ ਨਾ 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 ਭਰਾਵਾ ਇਸ ਤਰ੍ਹਾਂ ਕਿਵੇਂ ਬਹੁਤ ਮੁਸ਼ਕਲ ਹੈ ਇਸ ਤਰ੍ਹਾਂ ਯਾਰ ਨਹੀਂ ਹੋਣਾ ਇਹ ਉਹ ਨਹੀਂ ਜਨਾਬ ਲੈ ਫਿਰ ਆ ਕੋਈ ਜਾਰੀ ਹੋਈ ਜਨਾਬ ਇਹ ਤਾਂ ਫਿਰ ਕੋਈ ਲਿਹਾਜ਼ ਨਹੀਂ ਆਪਣੀ ਉਹ ਲਿਹਾਜ਼ ਵਾਲੀ ਗੱਲ ਨਹੀਂ ਪਤਾ ਕੀ ਹੈ ਮੇਰੀ ਗੱਲ ਸੁਣੋ ਤੁਸੀਂ ਅੱਗੇ ਫਰਮਾਇਸ਼ ਪਾਓ ਕੁਛ ਮਰਜ਼ੀ ਕਰੋ ਪਰ ਇਹ ਕੰਮ ਕਰੋ ਉਹ ਸਾਡੇ ਵੀ ਕਾਨੂੰਨ ਨੂੰ ਕਰਕੇ ਹੱਥ ਬੰਨੇ ਹੋਣੇ ਸਾਡੇ ਵੀ ਯਾਰ ਆਪਾਂ ਤਾਂ ਜਨਾਬ ਇੱਕ ਮੜਾ ਜਿਹਾ ਦਿਖਾਵਾ ਹੀ ਕਰਨਾ ਚੱਲ ਕੋਈ ਗੱਲ ਨਹੀਂ ਮੰਨ ਲਓ ਚੱਲ ਮੈਂ ਕੋਈ ਨਹੀਂ ਗਾਹਾਂ ਕਰ ਫਿਰ ਕਰਦਾ ਅਫਸਰਾਂ ਨਾਲ ਗੱਲ ਮੈਂ ਬਸ ਠੀਕ ਹੈ ਜਨਾਬ ਪੂਛਾਂ ਚ ਕਾ ਦੇਣੀਆਂ ਪੂਛਾਂ ਗੱਲ ਹੀ ਕੋਈ ਨਹੀਂ ਤੇਰਾ ਨਾਲਾ ਸਰਪੰਚ ਸਾਹਿਬ ਕਮਾਲ ਹੈ ਆ ਬਣੀ ਹੈ ਨਾ ਗੱਲ ਤਿਆਰੀ ਕਾਦੀ ਆਪਣੀ ਦੱਸ ਯਾਰ ਹੈ ਇਹ ਤਾਂ ਗੱਲ ਹੈ ਜਨਾਬ ਸੌਣ ਲੱਗੇ ਜਦੋਂ ਪੈਂਦਾ ਨਾ ਤੇ ਉਦੋਂ ਵੀ ਟੂਹੀ ਦੁਖਦੀ ਹੈ ਤੇ ਜਦੋਂ ਨਹਾਉਣਾ ਤੱਤਾ ਪਾਣੀ ਪੈਂਦਾ ਤੇ ਉਦੋਂ ਵੀ ਟੂਹੀ ਮੱਚਦੀ ਹੈ ਸਰਵਿਸ ਵੱਧ ਹੋ ਗਈ ਜਨਾਬ ਹੁਣ ਤੁਸੀਂ ਮੇਰੀ ਬੇਇੱਜ਼ਤੀ ਨਾ ਕਰੋ ਤੇ ਮੇਰੀ ਗੱਲ ਸੁਣੋ ਜਨਾਬ ਇਸ ਕੰਮ 'ਚ ਮੇਰੇ ਨਾਲ ਹੋਊਗੇ ਨਾ ਤੁਸੀਂ ਉਹ ਨਾਲ ਹੀ ਹੈ ਤੇਰੇ ਯਾਰ ਕੋਈ ਯਾਰ ਹੀ ਆਪਣੀ ਛੋਲਿਆਂ ਦਾ ਵੱਡਾ ਥੋੜ੍ਹੀ ਹੈ ਕੋਈ ਸਾਡਾ ਯਾਰ ਕੋਈ
ਜਾਂ ਜੇ ਤੁਸੀਂ ਆਹ ਗੱਲ ਕਰਦੇ ਹੋ ਨਾ ਹਾਏ ਲੰਬੂ ਯਾਦ ਤੇਰੇ ਨਾਲ ਆ ਤੇਰੇ ਯਾਰ ਸੌ ਲੱਗੇ ਲੈ ਜਨਾਬ ਖਿੱਚ ਲਓ ਤਿਆਰੀ ਫਿਰ ਬਸ ਤਿਆਰੀ ਆ ਹੋਰ ਦੱਸ ਬਸ ਬੜਾ ਨਹੀਂ 5 ਮਿੰਟ ਹੀ ਲਵਾਂਗੇ ਉਹਨਾਂ ਤੋਂ ਚੰਗਾ ਆਪਾਂ ਕੋਈ ਗੱਲ ਨਹੀਂ ਤੂੰ ਘਬਰਾ ਨਾ ਹੋਰ ਦੱਸ ਠੀਕ ਹੈ ਥੈਂਕ ਯੂ ਜਨਾਬ ਚਲੋ ਗੱਲ ਹੀ ਕੋਈ ਕਰਦੇ ਆਪਾਂ ਹੱਲ ਵੀ ਠੀਕ ਹੈ ਠੀਕ ਹੈ ਜਨਾਬ ਕੋਈ ਨਹੀਂ ਹੈਗਾ ਮਗਰ ਦਾਰੂ ਦਾਰੂ ਬੰਦੇ ਸਾਰੇ ਫੜਦੇ ਨੇ ਬੰਦਾ ਸਪੈਸ਼ਲ ਬੁਲਾਇਆ ਸਰਪੰਚ ਸਾਹਿਬ ਨੇ ਉਹਦਾ ਭਾਈ ਹੈ ਇਹ ਸਰਪੰਚ ਵਾਲੇ ਕੇਸ 'ਚ ਜਿਹੜੇ ਵੀ ਕੋਈ ਹੈਗੇ ਨੇ ਵਿੱਚ ਇਨਵੋਲਵ ਨੇ ਜਿਹੜੇ ਬੰਦੇ ਚਾਹੇ ਬੰਦਾ ਚਾਹੇ ਬੁੜੀ ਕੋਈ ਵੀ ਹੈ ਉਹ ਸਾਰੇ ਰਗੜੇ ਜਾਣਗੇ ਗੱਲ ਸੁਣ ਜਿਹਨੇ ਰਾਇ ਰੂ ਦਿੱਤੀ ਆ ਉਹ ਸਾਰੇ ਰਗੜੇ ਜਾਣਗੇ ਗੱਲ ਸੁਣ ਲਵਾਂ ਹਾਂ ਅੱਛਾ ਜੀ ਹਾਂ ਇਹ ਮੈਂ ਭਰਾ ਆਪਾਂ ਤਾਂ ਮਰ ਜਾਾਂਗੇ ਵੇ ਮੇਰੀ ਗੱਲ ਸੁਣ ਮੈਂ ਤਾਂ ਜਾ ਕੇ ਉੱਗ ਸੁੱਗ ਲੈ ਜੂ ਮੰਜੇ ਗਏ ਫੈਂਡਾ ਮੇਰਾ ਨਾ ਕਿਤੇ ਨਾ ਆ ਜੇ ਮੇਰਾ ਨਾਂ ਤਾਂ ਆਈ ਆਊ ਆ ਪੱਕਾ ਹੀ ਆਊ ਕੰਮ ਹੀ ਆਪਾਂ ਕਰਾਇਆ ਤੂੰ ਹੈ ਕੌਣ ਹੈ ਮੂੰਹ ਬੰਨਾ ਡਾਕੂ ਬਣਿਆ ਹੈ ਕੌਣ ਦਾਰੂ ਪੀਤਿਆ ਦਾਰੂ ਪੀਤਿਆ ਦਿਨੇ ਦਾਰੂ ਵੀ ਫਿਰਦਾ ਹੈ ਦਾਰੂ ਆ ਨਹੀਂ ਦਾਰੂ ਤਾਂ ਹੀ ਹਟਾਉਂਦੇ ਫਿਰਦੇ ਆ ਸਾਹਮਣੇ ਦਾਰੂ ਵੀ ਪਿਆਰ ਕੀ ਹੈ ਕਿਹੜੇ ਸਾਹਮਣੇ ਪਈ ਹੈ ਤੂੰ ਵੀ ਆਈ ਹੈ ਉਹ ਸੁਣ ਸਾਨੂੰ ਟੁੱਟੇ ਬਣਾ ਸਾਹ ਟੱਕਿਆ ਫਿਰਦਾ ਉਹ ਵੀ ਫਾਲਤੂ ਛੱਡ ਦੇ ਓਏ ਮਗਰ ਬੜਾ ਹੋ ਜਾ ਮੇਰਾ ਤਾਂ ਮੈਂ ਲੈਣਾ ਇਧਰ ਹਟੋ ਤੁਸੀਂ ਬੜਾ ਇਧਰ ਹਟ ਚੱਲ ਮਾਰ ਕੇ ਸਰਵਿਸ ਕਰਾਂਗੇ ਓਏ ਮਗਰ ਮਰਵਾਏਗਾ ਓਏ ਮਗਰ ਪਰਾ ਮਰ ਜਾ ਓਏ ਪਰਾ ਮਰ ਜਾ ਮਗਰ ਆ ਓ ਹੋ ਜਿਹੜਾ ਲੈ ਕੇ ਮਾਰ ਕੇ ਬਦਲ ਲਾ ਹੁਣ ਮੈਂ ਲੈਣਾ ਲੈਣਾ ਜਰਾ ਚੱਲ ਇਧਰ ਕਰ ਉਹਨੇ ਲਾਸ ਮਾਰ ਕੇ ਸਰਵਿਸ ਕਰ ਓਏ ਮੈਨੂੰ ਤਾਂ ਛੱਡ ਦੋ ਓ ਛੱਡ ਦੇ ਤੁਸੀਂ ਤਾਂ ਮੈਨੂੰ ਐ ਲੱਗਦਾ ਵੀ ਸਰਪੰਚ ਹੁੰਦੇ ਹੋ ਸਰਪੰਚ ਨੀ ਮੈਂ ਭਾਈ ਆ ਛੋਟਾ ਭਾਈ ਆ ਮੈਂ ਨਾ ਮੇਰੀ ਗੱਲ ਸੁਣੋ ਤੁਹਾਡੇ ਦੋਨਾਂ ਤੇ ਦੋ ਕੇਸ ਪੈਂਦੇ ਆ ਦੋ ਕੇਸ
ਕਿਹੜੇ ਦੋਸਤ? ਦਾਰੂ ਦਾ। ਦਾਰੂ ਦਾ ਕਿਹੜਾ? ਸਰਪੰਚ ਦੇ ਹੱਥ ਚੱਕ, ਸਰਪੰਚ ਦੇ ਹੱਥ ਚੱਕ, ਸਰਪੰਚ ਦੇ ਹੱਥ ਚੱਕ, ਸਰਪੰਚ ਦੇ ਹੱਥ ਚੱਕ। ਨਾ ਦਾਰੂ ਦਾ ਕਿਹਨੇ ਦੱਸਿਆ ਤੁਹਾਨੂੰ? ਦਾਰੂ ਦਾ ਕਿਉਂ ਹੋਇਆ ਸੀ ਦੱਸੀ ਜਨਾਬ, ਕਿਹਨੇ ਦੱਸਿਆ ਆਪਾਂ ਨੂੰ? ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਨੇ, ਸਮਝ ਗਏ? ਉਹ ਤੇਰੇ ਹੱਥ ਦਾ ਗੇੜ ਕਿਨੇ ਹੋਏ? ਸਮਝ ਗਏ? ਬੰਨਾ ਜਮਾ ਕੇ ਆਏ ਓਏ ਓਏ ਆਏ ਓਏ, ਉਹ ਛੱਡ ਦੇ, ਇਹਦੀ ਬਲਾ ਛੱਡ ਦੇ, ਉਹ ਛੱਡ ਦੇ ਹੁਣ ਤੱਕ ਚੱਪਾ ਜੋ ਗੁੱਟ ਕੇ ਮੈਨੂੰ ਬਹੁਤ ਕੁੱਟਾ ਸੀ ਲੋਹੜੀ ਵਾਲੇ ਦਿਨ, ਹੋਰ ਤੁਹਾਨੂੰ ਪਤਾ ਨੀ ਕੋਲੇ ਤਾਂ ਹੈਗਾ ਜੀ ਤੁਸੀਂ। ਪਰ ਤੂੰ ਮੈਨੂੰ ਇੱਕ ਦੱਸ ਗੱਲ ਯਾਰ। ਹਾਂ ਜਨਾਬ। ਤੂੰ ਉੱਥੇ ਬੋਰੀ ਚ ਕਿਵੇਂ ਲਿਖੜਿਆ ਤੂੰ? ਜਨਾਬ ਉੱਥੇ ਹੀ ਬਾਥਰੂਮ ਕਰਨ ਵਾ ਕੇ ਮੂਦ। ਠੀਕ ਹੈ। ਇਹ ਉੱਥੇ ਲੱਗ ਗਿਆ ਇਹਨਾਂ ਨੂੰ ਟਾਈਮ, ਮੈਂ ਤਾਂ ਹਿੱਲ ਹੁੱਲ ਕੇ ਗੱਟਾ ਖੋਲ ਲਿਆ, ਉੱਥੇ ਕਦੂਰਾ ਕਰਦਾ ਚ ਉਹ ਬੰਨ ਤਾਂ ਵਿੱਚ ਘਾਹ ਫੂਸ ਪਾਤਾ। ਅੱਛਾ। ਨਹੀਂ ਅੱਜ ਨੂੰ ਤਾਂ ਮਰਾਂਤ ਵਿੱਚ ਸਰਕਾਰ ਹੁੰਦਾ ਜਨਾਬ, ਪਰ ਬਚਾ ਲਿਆ। ਉਹ ਕਹਦੇ ਹੁੰਦੇ ਆ ਪੱਪੂ ਹੋ ਗਿਆ ਜਨਾਬ, ਇਹ ਛੁੱਟੀ ਯਾਰੀ ਇਹਨਾਂ ਦੀ, ਇਹ ਮੈਨੂੰ ਮਰਵਾਊ ਕਹਿੰਦੇ, ਸੌਣ ਲੱਗੇ ਸਵਾਦ ਲਿਆਤਾ। ਹਾਂਜੀ ਜਨਾਬ। ਸੌਣ ਲੱਗੇ ਜਨਾਬ, ਸਿਰਾ ਗੱਲਬਾਤ ਹੀ ਕਰਤੀ, ਨਜ਼ਾਰਾ ਆ ਗਿਆ ਕੁੱਟ ਕੇ, ਸਵਾਦ ਹੀ ਆ ਗਿਆ। ਉਹ ਸਰਪੰਚ ਹੋ ਰਹੇਗਾ ਸਰਪੰਚ, ਉਹ ਕਿੱਧਰ ਮਰੀ ਇਹਨਾਂ ਬੋਲ। ਓ ਕੀ ਹਾਲ ਆ ਬਾਈ? ਆਜਾ ਆਜਾ, ਠੀਕ ਹੈ। ਅੱਜ ਤੂੰ ਇਸੇ ਕੀ ਗੱਲ ਹੈ? ਅੱਜ ਕੀ ਗੱਲ ਹੈ? ਕੀੜੀ ਦੇ ਘਰ ਨਾਰਾਇਣ? ਓ ਨਾ ਲੈ ਨਾਰਾਇਣ ਦੀ ਗੱਲ ਕੀ ਹੈ? ਮਾਂ ਬਾਈ ਨੂੰ ਪੁੱਛ ਕੇ ਆਈਏ, ਪੰਨਾ ਸਦਾ ਲੈ ਕੇ ਆਈਏ। ਹੋ ਠੀਕ ਹੈ? ਮੈਂ ਤਾਂ ਠੀਕ ਹਾਂ, ਮੈਨੂੰ ਕੀ ਹੋਣਾ। ਚੱਲ ਸਰਪੰਚਣੀ ਦੀਦੀ, ਸਰਪੰਚਣੀ ਤਾਂ ਯਾਰ ਤੈਨੂੰ ਦੱਸਿਆ ਤਾਂ ਹੈਗਾ ਸੀ, ਲੋਹੜੀ ਤੋਂ ਪਹਿਲਾਂ ਦੀ ਗਈ ਹੋਈ ਹੈ। ਬੜਾ ਨਹੀਂ ਫੋਨ ਜੇ ਬਾਲੇ ਤੰਗ ਕਰਦੇ ਯਾਰ, ਮੈਨੂੰ ਕੱਟ ਦੇ ਉਹਦੇ ਖਾਣ ਤੇ, ਬਾਅਦੇ ਚ ਗੱਲ ਕਰਾਂਗੇ ਆਪਾਂ, ਬਾਅਦ ਚ ਗੱਲ ਕਰਦੇ ਆ। ਹੋਰ ਵਧਾਈਆਂ ਫਿਰ ਤੈਨੂੰ ਬਾਈ। ਵਧਾਈਆਂ ਕਾਹਦੀਆਂ ਬਾਈ? ਲੈ ਕਿਉਂ ਲਕੋ ਨਾ ਉਹਨਾਂ ਗੱਲਾਂ ਯਾਰ ਤੂੰ। ਉਹ ਗੱਲ ਤਾਂ ਦੱਸ ਕਾਹਦੀਆਂ? ਗੱਲ ਬਾਈ ਆ ਗਿਆ ਦੂਜਾ ਹੈ, ਦੂਜਾ ਮੁਲਾਜ਼ਮ। ਉਹ ਠੀਕ ਆ, ਤਾਂਨੂੰ ਤੂੰ ਮੇਰੇ ਕੋਲੇ ਗੇੜਾ ਮਾਰਿਆ ਹੈ। ਬੋਲੇ ਭੜੇ ਜੇ ਖਲਾਉਣਾ, ਉਰੇ ਡਿਊਟੀ ਕਰਵਾਤੀ ਹੈ ਓਏ। ਪਹੁੰਚ ਬੜੀ ਆ ਉੱਪਰ ਲੈਵਲ ਤੱਕ ਗੱਲ ਬਾਤ। ਐ ਤਾਂ ਮੈਨੂੰ ਪਤਾ ਹੈ ਤੇਰਾ, ਤੈਨੂੰ ਤਾਂ ਫਿਰ ਮੈਂ ਆ। ਹੋਰ ਯਾਰ ਮੇਰੇ ਤੇ ਹੱਥ ਚੱਕਿਆ ਸਰ ਮੈਂਬਰ, ਮੇਰੀ ਗੱਲ ਸੁਣ। ਅੱਛਾ, ਉਦੋਂ ਤੂੰ ਸਾਥ ਨਹੀਂ ਦਿੱਤਾ ਜਦੋਂ ਮੇਰੇ ਕੁੱਟ ਪਈ ਸੀ? ਕਿਤੇ ਮੈਂ ਤਾਂ ਬਾਹਰ ਗਿਆ ਸੀ ਯਾਰ ਉਦੋਂ। ਚਰ ਲੋਹੜੀ ਵਾਲੇ ਦਿਨ ਮੇਰੇ ਤੇ ਆਇਆ ਤੂੰ ਉੱਥੇ ਮੇਰੀ ਲੋਹੜੀ ਤੇ। ਉਹ ਅੱਛਾ, ਉਦੋਂ ਮੈਂ ਪੂਰਾ ਖਿਆਲ ਰੱਖਿਆ, ਤਾਂਨੂੰ ਕਟਵਾਤਾ ਮੈਨੂੰ। ਉਦੋਂ ਕੁੱਟਾ ਤੈਨੂੰ ਓਏ। ਪਰ ਕੋਈ ਗੱਲ ਨਹੀਂ, ਜਿਹੜੇ ਜਿਹੜੇ ਨੇ ਹੱਥ ਲਾਇਆ ਤੇ ਜਿਹੜੇ ਜਿਹੜੇ ਦਾ ਹੱਥ ਵਿੱਚ ਆ ਸਾਰਿਆਂ ਦੀ ਪੂਛ ਚੁਕਾਉ। ਉਹ ਨਹੀਂ ਉਹੀ ਕਰੀ ਜਾਂਦਾ ਤੂੰ, ਕਈ ਕਿਸੇ ਦਾ ਕੀ ਹੱਥ ਹੋਣਾ ਯਾਰ, ਖਾਧੀ ਪੀਤੀ ਚ 100 ਵਾਰੀ ਲੜਾਈ ਝਗੜਾ ਹੋ ਜਾਂਦਾ। ਮੇਰੀ ਗੱਲ ਸੁਣ ਯਾਰ, ਮੇਰੀ ਗੱਲ ਸੁਣ, ਮੈਂ ਚੰਗੀ ਪੂਛ ਚੁਕਾਉ। ਮੈਂ ਤਾਂ ਤੈਨੂੰ ਇੱਕ ਵਾਰੀ ਦਾ ਚਕਾ, ਮੈਂ ਤਾਂ ਤੈਨੂੰ ਐ ਦੱਸਦਾ ਸੀ, ਪੈਸੇ ਟੁੱਕਰ ਦਾ ਕੋਈ ਬਾਲੀ ਖੇਚੜਾ ਨਾ ਕਰੀ, ਉਧਰ ਵੀ ਦੱਸ ਦੇ 13ਵਾਂ ਮਹੀਨਾ ਕਿੱਥੇ ਪਤੰਦਰਾ ਪੈਸੇ ਹੁਣ ਕਿੱਧਰ? ਉਧਰ ਮੇਰਾ ਸਰ ਗਿਆ ਜਿਹਨੂੰ ਦੇਣੇ ਕਰਨੇ ਸੀ, ਉਧਰ ਤੇਰੇ ਸਹੁਰੇ। ਨਾ ਦੇਵਾਂਗੇ ਯਾਰ ਤੇਰੇ ਪੈਸੇ। ਹਾਂ ਪੈਸੇ ਦੇਵਾਂਗੇ ਤੇਰੇ। ਨਹੀਂ ਮੈਂ ਲੋੜ ਹੀ ਨਹੀਂ ਹਜੇ, ਲਾ ਆਪਾਂ ਲੋੜ ਹੀ ਨਹੀਂ। ਪੜਾਕੇ ਹੋਰ ਮੈਨੂੰ ਕੁੱਟਿਆ ਸਾਲਿਆਂ ਨੇ, ਉਦਾਂ ਪਾ ਦੇ ਉਹਨਾਂ ਦੇ ਤਾਂ ਪੜਾਕੇ। ਪਾਉਂ ਪਾਉਂ ਮੈਂ ਕਰ ਕੋਈ ਮੈਂ ਨਾਲ ਹੀ ਆ ਤੇਰੇ ਬਈ। ਰੋਟੀ ਪਾਣੀ ਤਾਂ ਮੈਂ ਯਾਰ ਤੈਨੂੰ ਖਵਾ ਨਹੀਂ ਸਕਦਾ। ਰੋਟੀ ਪਾਣੀ ਦੀ ਕਾਹਨੂੰ ਖੇਚਲਾ ਕਰਦਾ, ਮੈਂ ਬਣਵਾ ਕੇ ਭੇਜਾਂ? ਓ ਨਾ ਨਾ, ਉਹ ਮੀਟ ਬਣੀ ਜਾਂਦਾ ਓਏ। ਓ ਲੈ ਹਾਂ ਸੱਚੀ ਜਰਾਉ, ਐਨੀ ਪਤਾ ਦੂਜਾ ਸਿੰਦਰੀ ਆਉਗੀ ਯਾਰ। ਆ ਕੀ ਹੋਇਆ ਦੂਜਾ? ਉਹ ਕੁਛ ਨਹੀਂ, ਮੈਂ ਮੈਨੂੰ ਐਸੀ ਕਿਤੇ ਮੈਂ ਸਰਪੰਚਣੀ ਨਾਲ। ਅੱਛਾ ਉਧਰੋਂ ਉਧਰੋਂ ਆਉਂਦੇ ਪਰੌਂਠੇ ਆ ਓਏ, ਬੜਾ ਤਕੜਾ ਜਗਾੜੀ ਆ ਬਾਈ ਯਾਰ, ਤਾਂ ਸਰ ਗਿਆ ਜਮਾ ਸਿਰੇ ਹੀ ਲੱਗ ਗਿਆ। ਚੰਗਾ ਬਾਈ, ਹੈਂ ਚੰਗਾ ਫਿਰ, ਠੀਕ ਹੈ।
ਹੋਰ ਮੈਨੂੰ ਲੈ ਕੇ ਸੇਵਾ ਦੱਸੀ? ਕੋਈ ਨਾ, ਜਰੂਰ ਦੱਸਾਂਗੇ। ਮੀਟ ਬਣੀ ਜਾਂਦਾ, ਮੈਂ ਫੜਾ ਜਾਂਦਾ। ਓ ਬਸ ਬਸ ਦੇਖ ਲਾ। ਨਾ ਨਾ ਬਸ, ਪਤਾ ਯਾਰ ਨਿੱਘ ਚ ਬੈਠਾ ਹੈ ਨਾ ਬਾਈ, ਗਊ ਨੂੰ ਬੱਚੇ ਬਾਂਧਾ ਹੁੰਦਾ ਨਾ ਬੰਦਾ, ਕੋਈ ਐਵੇਂ ਥੋੜੂ ਆਇਆ ਮੇਰੇ ਕੋਲੇ। ਲੱਗਦਾ ਹੱਥ ਮੇਲਾ ਦਾ ਇਹਦਾ ਵੀ ਸੀ ਵਿੱਚ ਕਟਵਾਉਣ 'ਚ ਮੇਰੇ ਸਾਲੇ ਦਾ। ਲੈ ਪਾਪੇ ਨੂੰ ਕਹਿ ਦਿੰਦੇ ਹਾਂ ਵੀ ਪਾਪਾ ਜੀ ਪੈਸੇ ਮੈਂਬਰ ਨੂੰ ਨਹੀਂ ਦੇਣੇ, ਤੁਸੀਂ ਮੈਨੂੰ ਦੇ ਜਾਓ। ਇਹ ਤਾਂ ਕਿੱਲੀ ਕਰ ਲਈ ਹਿਸਾਬ 'ਚ, ਆਪਾਂ ਗੱਡਤੀ ਧਰਤੀ 'ਤੇ। ਨੇੜੇ ਨੇੜੇ ਬੱਸੇ 'ਚ ਬਾਂਧਾ ਜੀ, ਕੋਈ ਨਹੀਂ ਮੈਂਬਰਾ, ਕਿੱਦਾਂ ਯਾੜ ਥੱਲੇ ਆ ਗਿਆ ਤੈਨੂੰ ਵੀ ਜੱਬੂ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਆਏ ਹਾਏ ਲੈ ਗੱਲਾਂ ਮਾਰਦੇ ਸੀ। ਇਹ ਜਿਹੜਾ ਸਾਹਿਬ ਆ ਨਾ ਆਪਣਾ ਸਾਹਿਬ, ਅਸਲ ਵਿੱਚ ਸਾਰੀ ਮਿਹਰਬਾਨੀ ਉਹਦੀ ਹੈ। ਜੇ ਉਹ ਨਾ ਸਾਥ ਦਿੰਦਾ ਫਿਰ ਗੱਲ ਨਹੀਂ ਸੀ ਬਣਦੀ। ਵਾਹ ਲੰਬੂ ਜਨਾਬਾ, ਸਰਪੰਚ ਸਾਹਿਬ ਜੀ ਆ ਜਾਓ ਲੰਘਿਓ ਜੀ ਲੰਘਿਓ। ਹੋਰ ਕਿਵੇਂ ਹੋ? ਰੋਟੀ ਬਣਾਉਣ ਆਈ ਸੀ? ਉਹ ਤਾਂ ਮੈਨੂੰ ਪਤਾ ਵੀ ਰੋਟੀ ਬਣਾਉਣੀ ਆਈ ਸੀ, ਪਰ ਮੈਨੂੰ ਯਕੀਨ ਨਹੀਂ ਸੀ ਵੀ ਤੂੰ ਆਏਂਗੀ। ਲੈ ਯਕੀਨ ਕਿਉਂ ਨਹੀਂ ਸੀ? ਹੁਣ ਤੁਸੀਂ ਰੋਟੀ ਦਾ ਆਰਡਰ ਦਿੱਤਾ ਹੋਵੇ ਸੀ, ਤੁਹਾਨੂੰ ਭੁੱਖੇ ਥੋੜਾ ਨਾ ਮਾਰਾਂਗੇ? ਉਹ ਤਾਂ ਗੱਲ ਠੀਕ ਹੈ, ਤੇ ਲੈ ਫਿਰ ਅੱਜ ਆਪਾਂ ਤੱਤੀਆਂ ਤੱਤੀਆਂ ਖਾਵਾਂਗੇ। ਆ ਭਈਆ ਪ੍ਰਾਂਤ ਤੇ ਆਟਾ ਗੁੰਨੋ ਤੇ ਰੋਟੀਆਂ ਪਕਾਓ। ਆਟਾ ਕਿਤੇ ਸਿੰਦਰ ਤਾਂ ਨਹੀਂ ਛਾਣਗੀ? ਜਦੋਂ ਕਮਾਲ ਕਰਦੇ ਹੋ, ਤੁਹਾਡੇ ਹੁੰਦੇ ਸਿੰਦਰ ਦਾ ਕੀ ਕੰਮ ਹੈ? ਰੋਟੀਆਂ ਪਕਾਓ, ਅੱਜ ਤੱਤੀਆਂ ਤੱਤੀਆਂ ਖਾਵਾਂਗੇ। ਹੋਰ ਕੁਛ ਖਾਣਾ ਪੀਣਾ ਤਾਂ ਨਹੀਂ? ਨਹੀਂ ਨਹੀਂ, ਬਸ ਮੈਂ ਆਟਾ ਗੁੰਨਦੀ ਹਾਂ, ਤੁਸੀਂ ਰੋਟੀ ਖਾ ਲਿਓ। ਠੀਕ ਹੈ, ਥੈਂਕ ਯੂ, ਪਕਾਓ ਛੇਤੀ ਜਲਦੀ ਜਲਦੀ। ਜ਼ਰੂਰ ਜ਼ਰੂਰ ਜੀ। ਓਏ ਹੌਲੀ ਵੱਡ ਲੈ, ਇੰਨਾ ਗੁੱਸਾ ਕਿਉਂ ਦਿਖਾਈ ਜਾਂਦਾ? ਗੁੱਸਾ ਨਾ ਕਰਾਂ ਤਾਂ ਹੋਰ ਕੀ ਕਰਾਂ। ਮੈਨੂੰ ਯਾਰ ਐ ਨਹੀਂ ਸਮਝ ਆਉਂਦੀ ਵੀ ਉਹ ਸਰਪੰਚ ਨੇ ਆਪਾਂ ਨੂੰ ਕਟਵਾ ਕਿਵੇਂ ਦਿੱਤਾ। ਕਿਨਾ ਜਾੜ ਥਲੇ ਤਾਂ ਮੇਰੇ ਵੀ ਆ ਉਹ। ਮੇਰਾ ਤਾਂ ਲਹੂ ਬਾਲੇ ਮਾਰੀ ਜਾਂਦਾ, ਉਹਨੂੰ ਕੁੱਟਣਾ ਤਾਂ ਜ਼ਰੂਰ ਆ, ਪਰ ਸਾਲਾ ਕੁੱਟੀਏ ਕਿਵੇਂ? ਇਹਤੇ ਤਾਂ ਹੀ ਗੁੱਸਾ ਲਾਹੀ ਜਾਂਦਾ। ਓਏ ਇਹਦੇ ਤੇ ਗੁੱਸਾ ਨਾ ਲਾ, ਚਿੰਤਾ ਨਾ ਕਰ। ਓਏ ਚਿੰਤਾ ਕਿਉਂ ਨਾ ਕਰਾਂ, ਕੁੱਟਣਾ ਯਾਰ ਆਪਾਂ ਸੀ ਉਹਨੂੰ, ਹੈ ਉਹ ਕਟਵਾ ਉਹਨੇ ਦਿੱਤਾ ਆਪਾਂ ਨੂੰ, ਤੇ ਕਟਵਾਇਆ ਵੀ ਬਹੁਤ ਭੈੜਾ। ਤੂੰ ਐਂ ਕਰ, ਉਹਦੇ ਤੇ ਰੱਖ ਅੱਖ, ਕੁੱਟਣਾ ਵੀ ਉਹਨੂੰ ਤੇ ਉਹਨੂੰ ਪਤਾ ਵੀ ਨਾ ਲੱਗੇ। ਓਏ ਠੀਕ ਹੈ ਨਾ, ਅੱਖ ਤਾਂ ਮੇਰੀ ਉਸੇ ਤੀ ਰਹਿੰਦੀ ਆ, ਹੁਣ ਕਰਾਂ ਕੀ? ਹੱਲ ਵੀ ਹੋਵੇ ਕੋਈ? ਓਏ ਕਰਦੇ ਆ, ਦੇਖਦਾ ਜਾ ਕੋਈ ਸਕੀਮ ਪਾਵਾਂਗੇ, ਸਕੀਮ ਪਾ ਕੇ ਕੁੱਟਾਂਗੇ ਮੇਰੇ। ਮੈਂ ਤਾਂ ਕਲਵੰਤ ਬਾਲਾ ਗੁੱਸਾ ਮੈਨੂੰ ਤਾਂ, ਤੇ ਮੈਂ ਤਾਂ ਉਹਨੂੰ ਵੱਢ ਦੂੰ ਜੇ ਮੈਂ ਤੈਨੂੰ ਦੱਸੀ ਜਾਂਦਾ। ਓਏ ਮਗਰਾ ਚਿੰਤਾ ਨਾ ਕਰ, ਮੈਂ ਕਿਹਾ ਮੈਂ ਤੇਰੇ ਨਾਲੋਂ ਵੱਧ ਗੁੱਸੇ ਹੋਈ ਜਾਂਦਾ, ਮੈਂ ਕਰਾਂ ਕੀ? ਕੁਛ ਕਰ ਨਹੀਂ ਸਕਦੇ ਆਪਾਂ। ਫਿਰ ਹੁਣ ਹੱਲ ਕਿਵੇਂ ਕੱਢੀਏ ਉਹਦਾ? ਉਹ ਕੋਈ ਸਕੀਮ ਪਾਵਾਂਗੇ। ਉਹ ਯਾਰ ਸਕੀਮ ਸਕੀਮ ਲਾ ਰੱਖੀ ਆ, ਉਹ ਕਿਹੜੀ ਸਕੀਮ ਲਾਵਾਂਗੇ? ਉਹੀ ਕਿਹੜੀ? ਉਹੀ। ਅੱਛਾ ਅੱਛਾ, ਠੀਕ ਆ, ਸਮਝ ਗਿਆ ਹੁਣ। ਪਰ ਰਹੀ ਥੋੜਾ ਚਕੰਨਾ, ਕਿਤੇ ਕੱਚੀ ਨਾ ਪਏ ਜੇ ਸਕੀਮ। ਮੈਂ ਹਾਂ ਦੇਖਦਾ ਜਾ, ਤੂੰ ਕੰਮ ਕਰ, ਚੱਲ ਬਾਅਦ ਚ ਦੇਖਦੇ ਆ। ਮੈਂ ਜਦੋਂ ਨਾਲ ਕਰਨ ਲੱਗੇ ਤੂੰ ਜਲਦੀ ਚੱਲਦੇ ਯਾਰ। ਹਾਂ ਐ ਸਰਪੰਚ ਐ ਲਾਉਂ ਤਰੇ। ਅੰਕਲ ਜੀ ਮੈਨੂੰ ਥੋੜਾ ਸੌਦਾ ਪਾ ਦਿਓ। ਨਹੀਂ ਬੇਟਾ, ਸੌਦਾ ਪਹਿਲਾਂ ਵਾਲੇ ਪੈਸੇ ਬਹੁਤ ਘੜੇ ਰੋਟੀਆਂ ਦੇ। ਲੈ ਅੰਕਲ, ਐਂ ਕਾਹ ਤੂੰ ਕਰਦੇ? ਮੈਂ ਸਰਪੰਚ ਨੂੰ ਕਹਿ ਦੂੰਗੀ ਦੇ ਜਾਣੇ। ਨਹੀਂ ਬੇਟਾ, ਸਰਪੰਚ ਦੇ ਸਰਪੰਚ ਦਾ ਆਪ ਨਹੀਂ ਆਉਂਦਾ। ਆ ਜਾਣਗੇ ਅੰਕਲ। ਨਹੀਂ 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 ਨਹੀਂ, ਪਹਿਲਾਂ ਪੈਸੇ ਦੇ ਜਾਓ, ਪੈਸਾ ਸੌਦਾ ਲੈ ਜਾਓ, ਪਹਿਲਾਂ ਸੌਦਾ ਹੀ ਵੇਚਣਾ। ਲੈ ਅੰਕਲ, ਹੁਣ ਤੁਸੀਂ ਦਿੰਦੇ ਨਹੀਂ ਸੌਦਾ? ਨਹੀਂ ਹੁਣ ਨਹੀਂ ਨਹੀਂ, ਬੜੇ ਪਏ ਆ ਤੂੰ। ਮਰਜ਼ੀ ਅੰਕਲ, ਫਿਰ ਤੁਹਾਡੀ ਮਰਜ਼ੀ ਤੇ ਬੜੀ, ਹੁਣ ਤੁਹਾਡੇ ਨਾਲ ਹੀ ਆ, ਜੇ ਤੁਸੀਂ ਪੈਸੇ ਦਿਓਗੇ ਫਿਰ। ਚੱਲ ਕੋਈ ਨਾ, ਫਿਰ ਆਪੇ ਲੈ ਜਾਣਗੇ।